ਦਾ ਫਿਲਮ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ, ਬਹੁਤ ਫਾਰਮਲ ਹੋ ਕੇ ਕਰਦੇ ਹਾਂ, ਪਰ ਅੱਜ ਅਸੀਂ ਇੱਕ ਐਸੇ ਸੈਲੀਬ੍ਰਿਟੀ ਨੂੰ ਲਿਆ ਹਾਂ ਜਿਨ੍ਹਾਂ ਨਾਲ ਅੱਜ ਅਸੀਂ ਖੁੱਲ੍ਹ ਕੇ ਗੱਲਾਂ ਕਰਾਂਗੇ। ਕਿਸਮਤ ਫਿਲਮ ਤੋਂ ਉਹਨਾਂ ਦੀ ਕਿਸਮਤ ਬਦਲੀ ਅਤੇ ਉਹਨਾਂ ਦੀ ਜਿਹੜੀ ਕਿਸਮਤ ਹੈ ਉਸਨੇ ਉਹਨੂੰ ਛੜਾ ਕਰਵਾਈ, ਛੜਾ ਦੀ ਡਾਇਰੈਕਸ਼ਨ, ਅਤੇ ਉਸ ਤੋਂ ਬਾਅਦ ਡਾਇਰੈਕਸ਼ਨ ਦੇ ਨਾਲ ਉਹਨਾਂ ਦਾ ਇੱਕ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਅਤੇ ਇਹਨਾਂ ਸਾਰੀਆਂ ਗੱਲਾਂ ਤੋਂ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਸਾਡੇ ਨਾਲ ਬੈਠੇ ਨੇ ਜਗਦੀਪ ਸਿੱਧੂ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਵਧੀਆ। ਕਿਵੇਂ ਤਾਂ ਲੱਗ ਰਿਹਾ ਕਿ ਫਾਰਮਲ ਇੰਟਰਵਿਊ ਛੱਡੋ, ਅਸੀਂ ਅੱਜ ਖੁੱਲ੍ਹ ਕੇ ਗੱਲਾਂ ਕਰਾਂਗੇ? ਬਹੁਤ ਵਧੀਆ ਲੱਗ ਰਿਹਾ ਜੀ। ਇੰਟਰਵਿਊ ਐਕਚੁਅਲੀ ਖੁੱਲ੍ਹ ਕੇ ਹੋਣੇ ਚਾਹੀਦੇ ਆ, ਹੈ ਨਾ, ਫਾਰਮਲ ਨਹੀਂ ਹੋਣੇ ਚਾਹੀਦੇ। ਨਾਰਮਲ ਨਹੀਂ ਹੋਣੇ ਚਾਹੀਦੇ। ਅਤੇ ਗੱਲ ਕੀਤੀ ਕਿਸਮਤ ਦੀ, ਕਿਸਮਤ ਨੇ ਤਾਂ ਸਾਰਿਆਂ ਨੂੰ ਪਤਾ ਹੈ ਕਿ ਤੁਹਾਡੀ ਕਿਸਮਤ ਬਦਲੀ, ਛੜਾ ਤੁਹਾਨੂੰ ਮਿਲਣ ਦਾ ਕੀ ਸਬਬ ਬਣਿਆ ਸੀਗਾ? ਐਕਚੁਅਲੀ ਮੈਂ ਕਿਸਮਤ ਸ਼ੂਟ ਖਤਮ ਕੀਤਾ ਸੀਗਾ ਅਤੇ ਮੈਨੂੰ ਇੱਕ ਦਿਨ ਅਨੁਰਾਗ ਭਾਅ ਜੀ ਦਾ ਫੋਨ ਆਇਆ, ਹੈ ਨਾ, ਅਤੇ ਪੁੱਛਿਆ ਮੈਨੂੰ ਕਿ ਅੱਗੇ ਦਾ ਤੁਹਾਡਾ ਕੀ ਪਲਾਨ ਹੈ ਅਕਤੂਬਰ ਦਾ। ਅਤੇ ਮੈਂ ਕਿਹਾ ਭਾਅ ਜੀ ਐਸ ਸੱਚ ਕੁਛ ਖਾਸ ਨਹੀਂ ਗਾ, ਇੱਕ ਫਿਲਮ ਅਨਾਊਂਸ ਕੀਤੀ ਹੈ ਸੁਰਖੀ ਬਿੰਦੀ, ਉਦੋਂ ਅਨਾਊਂਸ ਕੀਤੀ ਸੀ। ਅਤੇ ਕਹਿੰਦੇ ਅੱਗੇ ਪਿੱਛੇ ਹੋ ਸਕਦੇ ਹੈ, ਅਤੇ ਮੈਂ ਕਿਹਾ ਵੀ ਤੁਸੀਂ ਦੱਸੋ। ਫਿਰ ਅਸੀਂ ਮੀਟਿੰਗ ਕੀਤੀ ਅਤੇ ਉਹਨਾਂ ਨੇ ਕਿਹਾ ਵੀ ਦਿਲਜੀਤ ਭਾਅ ਜੀ ਦੀ ਇੱਕ ਫਿਲਮ ਹੈ, ਉਹ ਆਈਡੀਆ ਉਹਨਾਂ ਦਾ ਆਪਦਾ। ਅਤੇ ਫਿਰ ਅਸੀਂ ਦਿਲਜੀਤ ਭਾਈ ਨਾਲ ਮੀਟਿੰਗ ਕੀਤੀ ਅਤੇ ਕਾਫੀ ਟਾਈਮ ਲੱਗਿਆ ਸਾਨੂੰ, 3-4 ਮਹੀਨੇ ਪ੍ਰੋਜੈਕਟ ਲੌਕ ਕਰਦਿਆਂ ਨੂੰ। ਅਤੇ ਛੜੇ ਦਾ ਆਈਡੀਆ ਉਹਨਾਂ ਨੇ ਦਿੱਤਾ ਸੀ ਬਾਈ ਨੇ ਵੀ ਆਪਾਂ ਛੜੇ ਦੇ ਉੱਤੇ ਫਿਲਮ ਕਰਨੀ। ਬਿਲਕੁਲ, ਕਿਸਮਤ ਦੀ ਗੱਲ ਕੀਤੀ ਜਾਏ ਤਾਂ ਤੁਹਾਡੀ ਲਿਖੀ ਹੋਈ ਫਿਲਮ ਹੈ, ਉਹਨੂੰ ਤੁਸੀਂ, ਤੁਹਾਡਾ ਆਪਣਾ ਡਿਸੀਜਨ ਸੀਗਾ ਕਿ ਮੈਂ ਡਾਇਰੈਕਟ ਕਰੂੰਗਾ, ਪਰ ਇੱਕ ਡਾਇਰੈਕਸ਼ਨ ਵੱਲੋਂ ਤੁਹਾਨੂੰ ਚੀਜ਼ ਆਫਰ ਹੋਣਾ, ਇਹਨਾਂ ਦੋਨਾਂ ਦੇ ਵਿੱਚ ਕਿੰਨਾ ਕੁ ਫਰਕ ਹੈ? ਫੀਲਿੰਗ 'ਚ ਕਿੰਨਾ ਫਰਕ ਹੈ ਕਿ ਇੱਕ ਕੰਮ ਮੈਂ ਆਪਦੀ ਸਿਲੈਕਸ਼ਨ ਨਾਲ ਕਰ ਰਿਹਾ ਅਤੇ ਇੱਕ ਪਾਸੇ ਮੈਨੂੰ ਸਿਲੈਕਸ਼ਨ ਵਾਲੇ ਕੰਮ ਦੇ ਲਈ ਵੀ ਆਫਰ ਆ ਰਹੇ, ਉਹ ਵੀ ਐਡਾ ਵੱਡਾ ਪ੍ਰੋਜੈਕਟ? ਹਾਂਜੀ, ਬਹੁਤ ਵਧੀਆ ਸੀਗਾ ਐਕਚੁਅਲੀ। ਛੜੇ ਦਾ ਜਿਹੜਾ ਇਨੀਸ਼ੀਅਲ ਥੋਟ ਸੀਗਾ ਉਹ ਥੋੜ੍ਹਾ ਜਿਹਾ ਅੱਡ ਸੀਗਾ, ਮਤਲਬ ਉਹ ਮੇਰੇ ਫਲੇਵਰ ਦਾ ਨਹੀਂ ਸੀਗਾ, ਹੈ ਨਾ। ਬਟ ਫਿਰ ਮੈਂ ਬਾਈ ਨੇ ਮੈਨੂੰ ਕਿਹਾ ਵੀ ਤੈਨੂੰ ਜਿਵੇਂ ਤੈਨੂੰ ਠੀਕ ਲੱਗਦਾ, ਜਿਹੜੇ ਸਪੇਸ ਸਟੋਰੀ ਲਿਜਾਣੀ ਹੈ, ਫਿਰ ਮੈਂ ਉਹਨੂੰ ਮਤਲਬ ਆਪਦੇ ਜੋਨਰ 'ਚ ਲੈ ਕੇ ਆਇਆ। ਬਟ ਛੜਾ ਤੁਸੀਂ ਨਿੱਕਾ ਜੈਲਦਾਰ ਦੇ ਜੋਨਰ 'ਚ ਹੈ ਤਾਂ ਫਲੇਵਰ ਮੇਰਾ, ਇਟ ਨੋਟ ਜੱਟ ਐਂਡ ਜੂਲੀਅਟ ਨਾਲ ਰਿਲੇਟਡ ਨਹੀਂ ਗੀ ਪਿਕਚਰ, ਉਸ ਸਟਾਈਲ ਦੀ ਪਿਕਚਰ ਨਹੀਂ ਗੀ, ਥੋੜ੍ਹੀ ਅੱਡ ਤਰੀਕੇ ਦੀ ਹੈ ਨਾ। ਅਤੇ ਬਾਕੀ ਥੋੜ੍ਹੇ ਦਿਨ ਰਹਿ ਗਏ ਹੁਣ। ਅੱਛਾ, ਹਰ ਚੀਜ਼ ਦੇ ਵਿੱਚ ਤੁਸੀਂ ਕੁਛ ਨਾ ਕੁਛ ਮੋਲਡ ਕਰਦੇ ਰਹਿੰਦੇ ਹੋ, ਇਹ ਫਰੀਡਮ ਤੁਹਾਨੂੰ ਸ਼ੁਰੂ ਤੋਂ ਮਿਲੀ ਹੈ ਜਾਂ ਹੁਣ ਮਿਲਣੀ ਸ਼ੁਰੂ ਹੋਈ ਹੈ? ਨਹੀਂ, ਪਹਿਲਾਂ ਨਹੀਂ ਹੁੰਦੇ ਸੀ, ਜਦੋਂ ਤੁਸੀਂ ਸਟਾਰਟ ਕਰਦੇ ਹੋ ਉਦੋਂ ਨਹੀਂ, ਕਿਉਂਕਿ ਤੁਹਾਡੇ 'ਤੇ ਓਨਾ ਟਰੱਸਟ ਨਹੀਂ ਹੁੰਦਾ। ਫਿਰ ਜਿਵੇਂ ਜਿਵੇਂ ਤੁਸੀਂ ਆਪਣੇ ਆਪ ਨੂੰ ਪ੍ਰੂਵ ਕਰਦੇ ਜਾਂਦੇ ਹੋ ਫਿਰ ਥੋੜ੍ਹਾ ਟਰੱਸਟ ਹੋ ਜਾਂਦਾ ਲੋਕਾਂ ਦਾ, ਤਾਂ ਹੁਣ ਥੋੜ੍ਹੀ ਜਿਹੀ ਫਰੀਡਮ ਮਿਲੀ ਹੈ, ਪਹਿਲਾਂ ਨਹੀਂ ਸੀਗੀ। ਕਿੰਨਾ ਕੁ ਤੁਹਾਨੂੰ ਔਖਾ ਲੱਗਦਾ ਹੈ ਆਪਣਾ ਪੁਆਇੰਟ ਆਫ ਵਿਊ ਲੋਕਾਂ ਨੂੰ ਸਮਝਾਉਣਾ, ਕਿਉਂਕਿ ਕਈ ਵਾਰੀ ਵਿਊ ਪੁਆਇੰਟ ਜਿੱਦਾਂ ਜਿਹੜਾ ਆਪਣਾ ਹੁੰਦਾ ਨਾ ਉਹ ਲੋਕਾਂ ਤੱਕ ਪਹੁੰਚਣਾ ਜ਼ਰੂਰੀ ਹੁੰਦਾ, ਸਮਝ ਨਹੀਂ ਆਉਂਦਾ, ਅਗਲੇ ਅਸੈਪਟ ਕਰ ਲੈਂਦੇ ਆ ਕਿਉਂਕਿ ਸਮਝ ਆ ਜਾਂਦਾ ਹੋਏਗਾ। ਕਿੰਨਾ ਕੁ ਔਖਾ ਲੱਗਦਾ ਤੁਹਾਨੂੰ ਕਿ ਯਾਰ ਮੇਰਾ ਪੁਆਇੰਟ ਇਹ ਹੈ? ਨਹੀਂ, ਸੌਖਾ ਹੀ ਹੈ, ਇੰਨਾ ਔਖਾ ਨਹੀਂ ਗਾ। ਬਟ ਤੁਹਾਨੂੰ ਆਪਦੀ ਗੱਲ ਕਹਿਣੀ ਆਉਣੀ ਚਾਹੀਦੀ ਹੈ ਨਾ, ਰੱਖਣੀ ਆਉਣੀ ਚਾਹੀਦੀ ਹੈ। ਜੇ ਤੁਸੀਂ ਉਹਨੂੰ ਠੀਕ ਤਰੀਕੇ ਨਾਲ ਕਿਸੇ ਨੂੰ ਸਮਝਾ ਸਕਦੇ ਹੋ ਜਾਂ ਦੱਸ ਸਕਦੇ ਹੋ ਫਿਰ ਇੰਨਾ ਔਖਾ ਨਹੀਂ ਗਾ। ਜਿਵੇਂ ਸਿਮਰ ਬਾਈ ਨਾਲ ਮੇਰੀ ਵਧੀਆ ਟਿਊਨਿੰਗ ਆ ਨਾ, ਅਤੇ ਹੁਣ ਤਾਂ ਸਾਨੂੰ ਲੋੜ ਹੀ ਨਹੀਂ ਪੈਂਦੀ। ਮਤਲਬ ਪਹਿਲੇ ਨਿੱਕੇ 'ਚ ਥੋੜ੍ਹਾ ਜਿਹਾ ਨਵੇਂ ਨਵੇਂ ਸੀਗੇ, ਬਟ ਹੁਣ ਤਾਂ ਉਹਨਾਂ ਨੂੰ ਪਤਾ ਹੁੰਦਾ ਵੀ ਮੈਂ ਕੀ ਕਹਿਣਾ ਚਾਹੁੰਦਾ, ਤਾਂ ਮੈਂ ਸ਼ੂਟ 'ਤੇ ਜਾਵਾਂ ਨਾ ਜਾਵਾਂ ਆਪੇ ਸਮਝ ਜਾਂਦੇ। ਆਪੇ ਸਮਝ ਜਾਂਦੇ। ਅਤੇ ਇੱਕ ਟਾਈਮ ਸੀਗਾ ਜਦੋਂ ਤੁਸੀਂ ਸਕ੍ਰਿਪਟਾਂ ਵੇਚ ਰਹੇ ਸੀਗੇ, ਲੈ ਲਓ ਲੈ ਲਓ, ਉਹਦੇ 'ਚ ਕੋਈ ਖਰੀਦੀ ਗਈ ਜਾਂ ਉਹਦੇ ਤੋਂ ਆਪ ਹੀ ਕੰਮ ਸ਼ੁਰੂ ਹੋ ਗਿਆ? ਨਹੀਂ, ਉਹਦੇ 'ਚੋਂ ਕੁਛ ਕੁਛ ਫਿਲਮਾਂ ਹੈਗੀਆਂ ਜਿਹੜੀਆਂ ਮੂਵ ਕਰ ਗਈਆਂ, ਉਹਨਾਂ 'ਚ ਨਿੱਕਾ ਜੈਲਦਾਰ 1 ਦੀ ਸਕ੍ਰਿਪਟ ਸੀਗੀ, ਕਿਸਮਤ ਸੀ ਉਹਦੇ 'ਚ, ਹੈ ਨਾ, ਅਤੇ ਕੁਛ ਇੱਕ ਹੈਗੀਆਂ ਜਿਹੜੀਆਂ ਅਜੇ ਵੀ ਪਈਆਂ। ਕਿੰਨਾ ਕੁ ਫਰਕ ਹੈ ਹੁਣ ਕਿ ਜਦੋਂ ਤੁਸੀਂ ਪਹਿਲਾਂ, ਬਹੁਤ ਘੱਟ ਲੋਕਾਂ ਨੂੰ ਇਹ ਵੀ ਪਤਾ ਹੋਏਗਾ ਕਿ ਤੁਸੀਂ ਇੱਕ ਟਾਈਮ ਦੇ ਉੱਤੇ PVR ਦੇ ਵਿੱਚ ਜੋਬ ਕਰਨਾ ਚਾਹੁੰਦੇ ਸੀਗੇ, ਕਿਉਂਕਿ ਤੁਹਾਡਾ ਇਹ ਮੋਟਿਵ ਸੀਗਾ ਕਿ ਜੇ ਮੈਂ ਫਿਲਮਾਂ 'ਚ ਕੰਮ ਨਹੀਂ ਕਰ ਸਕਦਾ ਐਟਲੀਸਟ ਫਿਲਮਾਂ ਕਲੋਜ਼ਲੀ ਦੇਖ ਸਕਦਾ, ਹੈ ਨਾ। ਤਾਂ ਉਹ ਸਟਰਗਲ ਪੀਰੀਅਡ ਕਿਵੇਂ ਤੁਸੀਂ ਪਾਸ ਕੀਤਾ ਅਤੇ ਹੁਣ ਕਿੰਨਾ ਵਧੀਆ ਲੱਗਦਾ ਕਿ ਯਾਰ PVR 'ਚ ਸਾਡੀਆਂ ਫਿਲਮਾਂ ਲੱਗ ਰਹੀਆਂ? ਹਾਂ, ਐਕਚੁਅਲੀ ਮੈਨੂੰ ਉਦੋਂ ਐਂ ਹੁੰਦਾ ਸੀ, ਮੈਂ ਟਿਕਟ ਲੈਣ ਜਾਂਦਾ ਸੀ, ਮੈਂ ਸੋਚਦਾ ਸੀ ਯਾਰ ਆਹ ਮੁੰਡਿਆਂ ਦੇ ਮੌਜਾਂ ਨਾ, ਇਹ ਸਾਰੀਆਂ ਫਿਲਮਾਂ ਦੇਖਦੇ ਆ, ਉੱਤੋਂ ਸੈਲਰੀ ਵੀ ਮਿਲਦੀ ਹੈ, ਕਰਨਾ ਵੀ ਕੁਛ ਨਹੀਂ ਗਾ। ਤਾਂ ਮੈਂ ਸੋਚਦਾ ਸੀ ਕਿ ਕਿਸੇ ਤਰੀਕੇ ਨਾਲ ਮੇਰੀ PVR 'ਚ ਜੋਬ ਲੱਗ ਜਾਏ, ਥੋੜ੍ਹੇ ਬਹੁਤ ਪੈਸੇ ਤਾਂ ਮੈਨੂੰ ਇੰਨਾ ਨਹੀਂ ਸੀ, ਬਟ ਮੈਨੂੰ ਇਹ ਸੀਗਾ ਕਿ ਚਲੋ ਮੈਂ ਫਿਲਮਾਂ ਦੇਖ ਸਕੂੰਗਾ ਫ੍ਰੀ, ਹੈ ਨਾ, ਅਤੇ ਉਹ ਕੰਮ ਵੀ ਹੈ ਵਧੀਆ ਹੈ। ਬਟ ਮੈਨੂੰ ਇੰਗਲਿਸ਼ ਕਰਕੇ ਜੋਬ ਨਹੀਂ ਮਿਲਿਆ ਸੀਗਾ, ਬਟ ਹੁਣ ਵਧੀਆ ਲੱਗਦਾ ਹੈ ਕਿ ਮਤਲਬ ਐਟਲੀਸਟ ਜੋ ਸੁਪਨਾ ਦੇਖਿਆ ਸੀ ਉਹ ਪੂਰਾ ਹੈ, ਅੱਜ ਫਿਲਮਾਂ ਲੱਗ ਰਹੀਆਂ। ਬਿਲਕੁਲ ਜੀ, ਹੁਣ ਤਾਂ ਤੁਹਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਸੁਪਨਾ ਦੀ ਤੁਸੀਂ ਅਨਾਊਂਸਮੈਂਟ ਕੀਤੀ ਹੈ, ਬਹੁਤ ਇੱਕ ਸੋਹਣਾ ਪੋਸਟਰ ਲੱਗ ਰਿਹਾ ਹੈ। ਹਰ ਪੋਸਟਰ ਦੇ ਪਿੱਛੇ ਨਾ ਤੁਹਾਡੀ ਇੱਕ ਵੱਖਰੀ ਵਿਜ਼ਨ ਹੁੰਦੀ ਹੈ। ਕਿਸਮਤ ਤੋਂ ਲੈ ਕੇ ਹੁਣ ਤੱਕ ਦੀ ਗੱਲ ਕੀਤੀ ਜਾਏ ਤਾਂ ਪੋਸਟਰ ਨੂੰ ਬਹੁਤ ਸੋਹਣਾ ਡਿਜ਼ਾਈਨ ਕੀਤਾ ਜਾਂਦਾ ਹੈ, ਉਸ ਵਿਜ਼ਨ ਨੂੰ ਕਿਵੇਂ ਤੁਸੀਂ ਪੋਸਟਰ 'ਤੇ ਉਤਾਰਦੇ ਹੋ? ਐਕਚੁਅਲੀ ਸੁਪਨਾ ਦਾ ਜਿਹੜਾ ਫਿਲਮ ਦਾ ਜੋ ਬੈਕਡ੍ਰੋਪ ਹੈ ਨਾ, ਉਹ ਮੇਰੇ ਬਚਪਨ ਤੋਂ ਮਾਇੰਡ 'ਚ ਹੈ ਨਾ, ਕਿ ਉਹ ਸੀਗਾ ਕਿ ਇਹੋ ਜਿਹੇ ਬੈਕਡ੍ਰੋਪ 'ਤੇ ਪੰਜਾਬ ਦੇ ਬਹੁਤ ਕਲੋਜ਼ ਹੈ, ਉਹ ਪੰਜਾਬ 'ਚ ਲੋਕਾਂ ਨੇ ਬਹੁਤ ਦੇਖਿਆ, ਬਟ ਉਸ 'ਤੇ ਕਦੇ ਫਿਲਮ ਨਹੀਂ ਬਣੀ, ਕਦੇ ਉਹ ਫਿਲਮਾਂ 'ਚ ਦਿਖਾਇਆ ਨਹੀਂ ਗਿਆ। ਪਰ ਮੈਂ
ਤਾਂ ਮੈਨੂੰ ਲੱਗਦਾ ਸੀ ਕਿ ਯਾਰ ਸਾਡੇ ਤਾਂ ਬਹੁਤ ਆਮ ਜੀ ਗੱਲ ਹੈ, ਬਟ ਅਸੀਂ ਕਦੇ ਨੋਟਿਸ ਨਹੀਂ ਕੀਤੀ। ਅਤੇ ਮੈਨੂੰ ਸੀ ਵੀ ਇਸ ਬੈਕਡਰੋਪ 'ਤੇ ਕਦੇ ਕੋਈ ਫਿਲਮ ਬਣਾਵਾਂਗੇ, ਹੈ ਨਾ। ਫਿਰ ਉਹ ਇੱਕ ਥੋਟ ਸੀਗਾ, ਫਿਰ ਉਹਨੂੰ ਲੈ ਕੇ ਕੁਛ ਆਈਡੀਆ ਆਇਆ ਸੀ, ਪਹਿਲਾਂ ਕੁਛ ਹੋਰ ਸੀਗਾ, ਫਿਰ ਹੌਲੀ 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 ਕਰਦੇ 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 ਇੱਕ ਉਹਦੇ 'ਚ ਸੋਲਫੁੱਲ ਜਿਹੀ ਸਟੋਰੀ ਆਈ ਮੈਨੂੰ। ਅਤੇ ਫਿਰ ਉਹ ਜਿਹੜਾ ਪੋਸਟਰ ਹੈ ਉਹ ਮੈਂ ਆਪ ਡਿਜ਼ਾਇਨ ਕੀਤਾ, ਮਤਲਬ ਮੈਨੂੰ ਸੀਗਾ ਵੀ ਇਹੋ ਜਿਹਾ ਕੁਛ ਹੋਣਾ ਚਾਹੀਦਾ, ਹੈ ਨਾ। ਅਤੇ ਬਾਕੀ ਮੈਂ ਜ਼ਿਆਦਾ ਰਿਵੀਲ ਨਹੀਂ ਕਰੂੰਗਾ, ਤਾਂ ਫਿਲਮ ਦਾ ਥੋੜ੍ਹਾ ਜਿਹਾ ਟਾਈਮ ਪਿਆ ਹੈ ਜੇ, ਹੈ ਨਾ, ਕਿਉਂਕਿ ਉਦੋਂ ਪਹਿਲਾਂ ਅਸੀਂ ਹੋਰ ਫਿਲਮ ਕਰਨੀ। ਸੋ ਫਿਲਮ ਆਊਗੀ ਤਾਂ ਤੁਹਾਨੂੰ ਰਿਲੇਟ ਹੋਊਗਾ ਵੀ ਅੱਛਾ ਇਹ ਪੋਸਟਰ ਕੀ ਕਹਿਣਾ ਚਾਹੁੰਦਾ ਸੀ। ਉਹਦੇ 'ਤੇ ਉਹ ਦੋ ਫੁੱਲ ਹੈ ਨਾ, ਤਾਂ ਦੋ ਡਿਫਰੈਂਟ ਡਿਫਰੈਂਟ ਕਰੈਕਟਰ ਹੈ, ਉਹਨਾਂ ਦੇ ਉਹ ਸਰਕਮਸਟੈਂਸ ਦੀ ਉਹ ਕਹਾਣੀ ਹੈ। ਸੁਰਖੀ ਬਿੰਦੀ ਦਾ ਪਹਿਲਾਂ ਤੋਂ ਸੁਣਨ 'ਚ ਆ ਰਿਹਾ ਸੀਗਾ ਨਾ ਕਿ ਜਿਹੜੀ ਗੁੱਡੀਆਂ ਪਟੋਲੇ ਸੀਗੀ ਸ਼ਾਇਦ ਉਸਨੂੰ ਵੀ ਕੁਛ ਨਾ ਕੁਛ ਕੀਤਾ ਗਿਆ, ਇਹ ਕਹਾਣੀ ਸੇਮ ਹੋਏਗੀ ਜਾਂ ਵੱਖ ਵੱਖ ਚੱਲੇਗੀ? ਨਹੀਂ, ਸੁਰਖੀ ਬਿੰਦੀ ਅੱਡ ਫਿਲਮ ਸੀਗੀ, ਗੁੱਡੀਆਂ ਪਟੋਲੇ ਐਕਚੁਅਲੀ ਸੁਰਖੀ ਬਿੰਦੀ ਉਸ ਪੀਰੀਅਡ 'ਚ ਸ਼ੂਟ ਕਰਨੀ ਸੀ ਮੈਂ ਗੁਰਨਾਮ ਨਾਲ, ਤਾਂ ਉਹਦੇ ਜਗ੍ਹਾ ਫਿਰ ਉਹਨਾਂ ਨੇ, ਕਿਉਂਕਿ ਮੈਂ ਛੜਾ 'ਚ ਬਿਜ਼ੀ ਸੀਗਾ, ਫਿਰ ਗੁੱਡੀਆਂ ਪਟੋਲੇ ਕਰ ਲਈ ਸੀ ਅਸੀਂ ਉਦੋਂ। ਅਤੇ ਸੁਰਖੀ ਬਿੰਦੀ ਉਹ ਸੇਮ ਸਟੋਰੀ ਹੈ ਜਿਹੜੀ ਅਸੀਂ ਸਟਾਰਟਿੰਗ 'ਚ ਅਨਾਊਂਸ ਕੀਤੀ ਸੀਗੀ, ਅਤੇ ਉਹ ਮੇਰਾ ਇੱਕ ਫਰੈਂਡ ਹੈ ਰੁਪਿੰਦਰ ਇੰਦਰਜੀਤ, ਉਹਦੀ ਸਟੋਰੀ ਹੈ, ਉਹਦੀ ਸਕ੍ਰਿਪਟ ਹੈ, ਉਹ ਰਾਈਟਰ ਹੈ ਉਹਦਾ। ਉਹ ਫਿਲਮ ਮੈਂ ਜਸਟ ਡਾਇਰੈਕਟ ਕਰ ਰਿਹਾ, ਮੈਂ ਲਿਖੀ ਨਹੀਂ ਗਈ ਉਹ ਫਿਲਮ। ਅਤੇ ਮੈਨੂੰ ਵਧੀਆ ਲੱਗੀ ਉਹਦੀ ਕਹਾਣੀ, ਹੈ ਨਾ। ਮੈਂ ਪਹਿਲਾਂ ਉਹਨੂੰ ਸਪੋਰਟ ਵੀ ਕੀਤਾ ਵੀ ਕਿਤੇ ਉਹ ਫਿਲਮ ਬਣ ਜਾਏ, ਬਟ ਉਹ ਕਿਤੇ ਨਹੀਂ, ਅਨਫੋਰਚੁਨੇਟਲੀ ਨਹੀਂ ਵਰਕਆਊਟ ਕਰ ਪਾਈ। ਸੋ ਹੁਣ ਮੈਂ ਆਪ ਡਾਇਰੈਕਟ ਕਰ ਰਿਹਾ ਫਿਲਮ। ਵਧੀਆ ਗੱਲ ਹੈ, ਤੁਹਾਨੂੰ ਆਪਸ਼ਨਸ ਮਿਲ ਰਹੀਆਂ। ਪਰ ਇੰਡਸਟਰੀ ਦੀ ਗੱਲ ਕੀਤੀ ਜਾਏ ਨਾ, ਤੇ ਅੱਜ ਕੱਲ ਬਹੁਤ ਕਹਿੰਦੇ ਨੇ ਕਿ ਇੱਕ ਨਾ ਲੌਬੀ ਬਣ ਚੁੱਕੀ ਹੈ, ਕਿ ਮਤਲਬ ਇੱਕ ਏਰੀਆ ਹੈਗਾ ਕਿ ਇਹ 4-5 ਲੋਕ ਆਹੀ ਕਰਨਗੇ, ਇੱਕ ਏਰੀਆ ਹੈਗਾ ਕਿ 4-5 ਲੋਕ ਇਹੀ ਕਰਨਗੇ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਐਕਚੁਅਲ 'ਚ ਐਗਜ਼ਿਸਟ ਕਰਦਾ ਜਾਂ ਫਿਰ ਆਊਟ ਆਫ ਦਾ ਬਾਕਸ ਜਾਂ ਆਪਣੇ ਆਊਟ ਆਫ ਦਾ ਕੰਫਰਟ ਨਿਕਲ ਕੇ ਵੀ ਲੋਕ ਕੰਮ ਕਰ ਰਹੇ ਹੈ, ਕਿਉਂਕਿ ਤੁਸੀਂ ਐਮੀ ਜੀ ਨਾਲ 8 ਫਿਲਮਾਂ ਕਰ ਚੁੱਕੇ ਹੋ, ਮੇਰੇ ਖਿਆਲ ਨਾਲ ਇਹ 8ਵੀਂ ਹੈ ਜਿਹੜੀ ਆਉਣ ਵਾਲੀ ਹੈ। ਨਹੀਂ, ਹੁਣ ਸਭ ਲੋਕ, ਮੈਨੂੰ ਨਹੀਂ ਲੱਗਦਾ ਕਿ ਹੁਣ ਲੌਬੀ ਲੂਬੀ ਉਹਨਾਂ ਵਰਕ ਕਰ ਰਹੇ, ਹੈ ਨਾ। ਹਰ ਬੰਦਾ ਆਪਦੇ ਕੰਫਰਟ ਜ਼ੋਨ 'ਚੋਂ ਨਿਕਲ ਕੇ ਬਾਹਰ ਕਰ ਰਿਹਾ। ਹੁਣ ਦਿਲਜੀਤ ਬਾਈ ਹੈ, ਪਹਿਲਾਂ ਉਹ ਅਨੁਰਾਗ ਬਾਈ ਨਾਲ ਫਿਲਮ ਕਰਦੇ ਸੀ, ਰੋਹਿਤ ਸਰ ਨਾਲ ਕੀਤੀਆਂ, ਮੇਰੇ ਨਾਲ ਕੀਤੀਆਂ ਉਹਨਾਂ ਨੇ, ਹੁਣ ਅਮਰਿੰਦਰ ਬਾਈ ਹੋਰਾਂ ਨਾਲ ਟਾਈਪ ਕਰਕੇ ਅੰਬਰ ਨਾਲ ਕਰ ਰਿਹਾ, ਤਾਂ ਸਭ ਥਾਂ ਹੀ ਕੰਮ ਕਰ ਰਿਹਾ। ਸੇਮ ਐਮੀ ਹੈ, ਐਮੀ ਨੇ ਮੇਰੇ ਨਾਲ ਕੀਤੀਆਂ, ਸਿਮਰ ਬਾਈ ਨਾਲ ਕੀਤੀ ਹੈ, ਪੰਕਜ ਨਾਲ ਬੰਬੂ ਗਾਰਡ ਕੀਤੀ ਹੈ, ਤਾਂ ਅਗੇਨ ਹੁਣ ਉਹ ਇੱਕ ਨਵੇਂ ਡਾਇਰੈਕਟਰ ਨਾਲ ਰੁਪਿੰਦਰ ਨਾਲ ਕੰਮ ਕਰ ਰਿਹਾ, ਸੋ ਉਹ ਵੀ ਹਰ ਜਗ੍ਹਾ ਕੰਮ ਕਰ ਰਿਹਾ। ਤੋ ਉੱਤੋਂ ਦੇਖਣ ਨੂੰ ਥੋੜ੍ਹਾ ਜਿਹਾ ਲੱਗਦਾ ਹੋਣਾ, ਜਿਵੇਂ ਗਿੱਪੀ ਬਾਈ ਹੈ ਉਹਨੇ ਸਿਮਰ ਬਾਈ ਨਾਲ ਕੀਤੀ ਹੈ, ਆਪਦੇ ਪ੍ਰੋਡਕਸ਼ਨ ਹਾਊਸ ਵੀ ਕਰਦੇ ਆ, ਹੁਣ ਉਹ ਇੱਕੋ ਫਿਲਮ ਹੋਰ ਕਰ ਰਿਹਾ ਜੋ ਵਿਜੇ ਸਰ ਡਾਇਰੈਕਟ ਕਰ ਰਿਹਾ, ਤਾਂ ਸਭ ਔਰ ਪੋਸੀਬਲ ਹੀ ਨਹੀਂ ਗਾ। ਮਤਲਬ ਇਹ ਫਿਲਮ ਇੰਡਸਟਰੀ ਐਸੀ ਹੈ ਕਿ ਤੁਸੀਂ ਸੋਚ ਹੀ ਨਹੀਂ ਸਕਦੇ ਕਿ ਯਾਰ ਅਸੀਂ 4-5 ਜਣੇ ਫਿਲਮਾਂ ਬਣਾਵਾਂਗੇ, ਤੁਹਾਨੂੰ ਬਾਹਰ ਦੇ ਬੰਦੇ ਲੈਣੇ ਹੀ ਪੈਣਗੇ। ਸੋ ਲੌਬੀ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਦੇਰ ਵਰਕ ਕਰਦੀ ਹੈ, ਜੇ ਬਣਦੀ ਵੀ ਹੈ ਤਾਂ, ਪਰ ਓਪਨ ਹੈ ਹੁਣ ਥੋੜ੍ਹਾ ਜਿਹਾ, ਈਜ਼ੀ ਹੈ ਕੰਮ। ਅਤੇ ਨਾ ਕਿਹਾ ਜਾਂਦਾ ਕਿ ਜਿਹੜੇ ਰਾਈਟਰਸ ਹੁੰਦੇ ਆ ਨਾ ਉਹ ਬੜੇ ਸੀਰੀਅਸ ਹੁੰਦੇ ਆ, ਪਰ ਅਸੀਂ ਜਿੰਨੀ ਵਾਰ ਵੀ ਤੁਹਾਨੂੰ ਮਿਲੇ ਤਾਂ ਤੁਸੀਂ ਹਸਮੁੱਖ ਹੋ, ਚੰਗੇ ਹੋ। ਇਹ ਜਿਹੜਾ ਮਿੱਥ ਹੈ ਨਾ, ਜਿਹੜਾ ਲੋਕਾਂ ਨੂੰ ਲੱਗਦਾ ਕਿ ਬਸ ਲਿਖਦੇ ਰਹਿੰਦੇ ਹੋਣਗੇ, ਵੜੇ ਰਹਿੰਦੇ ਹੋਣਗੇ, ਕੀ ਥੋਟ ਪ੍ਰੋਸੈਸ ਹੈ ਤੁਹਾਡਾ, ਅਤੇ ਕਿਵੇਂ ਵੱਖ ਹੋ ਤੁਸੀਂ ਆਪਣੀ ਲਿਖਾਵਟ ਤੋਂ, ਪਰਸਨਲ ਲਾਈਫ 'ਚ ਕਿਵੇਂ ਦੇ ਹੋ? ਹਾਂ, ਐਕਚੁਅਲੀ ਹਰ ਬੰਦਾ ਸੋਚ ਰਿਹਾ, ਮੈਨੂੰ ਅੱਜ ਵੀ ਯਾਦ ਹੈ, ਮੈਂ ਸ਼ੁਰੂ 'ਚ ਜਦੋਂ ਨਿੱਕਾ ਵਨ ਆਈ ਸੀ ਨਾ, ਮੇਰੇ ਤੋਂ ਕਿਸੇ ਰਿਪੋਰਟਰ ਨੇ ਫੋਟੋ ਮੰਗੀ ਸੀਗੀ, ਅਤੇ ਮੈਂ ਉਹਨੂੰ ਨੋਰਮਲ ਫੋਟੋਆਂ ਭੇਜੀਆਂ, ਕਹਿੰਦਾ ਨਹੀਂ ਭਾਅ ਜੀ ਉਹ ਪੈੱਨ ਫੜ ਕੇ ਚਾਹੀਦੀ ਹੈ ਐਂ ਵਾਲੀ, ਹੈ ਨਾ। ਤਾਂ ਸਰ ਇਹਨੂੰ ਲੱਗਦਾ ਕਿ ਰਾਈਟਰ ਸ਼ਾਇਦ ਐਂ ਇਹੋ ਜਿਹੇ ਹੁੰਦੇ ਹੋਣੇ ਹੈ, ਪਰ ਨਹੀਂ ਕਿ ਐਕਚੁਅਲੀ ਅੱਜ ਕੱਲ੍ਹ ਜੋ ਸਿਨੇਮਾ ਚੱਲ ਰਿਹਾ, ਅੱਜ ਕੱਲ੍ਹ ਜੋ ਰਾਈਟਰ ਵੀ ਚੱਲ ਰਿਹਾ, ਲਾਈਕ ਜਿਵੇਂ ਚੇਤਨ ਭਗਤ ਹੈ ਨਾ, ਮੋਸਟ ਕਮਰਸ਼ੀਅਲ ਰਾਈਟਰ ਹੈ, ਤਾਂ ਇਸੇ ਕਰਕੇ ਹੈ ਕਿ ਉਹ ਆਮ ਗੱਲਾਂ ਲਿਖਦਾ, ਉਹ ਜਿਹੜੀਆਂ ਸਾਡੇ ਰੋਜ਼ ਹਰ ਬੰਦੇ ਨੂੰ ਲੱਗਦਾ ਕਿ ਮੈਂ, ਮੇਰੇ ਕੋਲ ਵੀ ਇਹੋ ਜਿਹੀ ਸਟੋਰੀ ਹੈ, ਜ਼ਿਆਦਾ ਯੂਥ ਪੜ੍ਹਦਾ, ਯੂਥ ਪੜ੍ਹਦਾ, ਤਾਂ ਯੂਥ ਕਿਉਂਕਿ ਲੋਕ ਰਿਲੇਟ ਕਰਦੇ ਉਹਦੇ ਨਾਲ। ਸੋ ਅੱਜ ਕੱਲ੍ਹ ਸਾਰੇ ਰਾਈਟਰ ਵੀ, ਅੰਬਰਦੀਪ ਬਾਈ ਵੀ, ਉਹਦੀ ਵੀ ਉਹੀ ਸਟਾਈਲ ਹੈ, ਹੈ ਨਾ। ਈਵਨ ਬਾਲੀਵੁੱਡ 'ਚ ਵੀ ਜਿਹੜੇ ਵਧੀਆ ਰਾਈਟਰ ਹੈ ਉਹੀ ਰਾਈਟਰ ਜ਼ਿਆਦਾ ਚੱਲ ਰਹੇ ਆ ਜਿਹੜੇ ਆਮ ਗੱਲਾਂ ਲਿਖਦੇ, ਹੈ ਨਾ, ਬਹੁਤ ਪੋਇਟਿਕ, ਬਹੁਤ ਸ਼ਾਇਰਾਨਾ ਗੱਲਾਂ ਉੱਤੋਂ ਦੀ ਜਾਂਦੀਆਂ, ਅਤੇ ਉਹ ਚੀਜ਼ਾਂ ਸਮਝ ਨਹੀਂ ਆਉਂਦੀਆਂ। ਹੁਣ ਥੋੜ੍ਹਾ ਜਿਹਾ ਚੇਂਜ ਹੋ ਗਿਆ ਅੱਜ ਦਾ ਜਿਹੜਾ ਰਾਈਟਰ ਹੈ, ਕਹਿ ਸਕਦੇ ਹਾਂ। ਵਧੀਆ ਜੀ ਲਾਈਨਾਂ ਹੋ ਜਾਣ, ਕੋਈ ਦੋ ਤੁਹਾਡੀਆਂ ਲਿਖੀਆਂ ਹੋਈਆਂ ਕਿਤੇ ਕਈਆਂ ਨਾ ਹੋਣ। ਮੇਰੀਆਂ ਲਿਖੀਆਂ ਲਾਈਨਾਂ ਜੋ ਕਿਤੇ ਕਈਆਂ ਨਾ ਹੋਣ, ਮੈਂ ਮਤਲਬ ਪੋਇਮ ਵੋਇਮ ਲਿਖਦਾ ਰਹਿੰਦਾ ਜੋ ਮੈਂ ਘੱਟ ਕਿਤੇ ਕਹੀਆਂ, ਹੈ ਨਾ। ਅਤੇ ਜਿਵੇਂ ਮੈਂ ਇੱਕ ਮੇਰੇ ਆਪਣੇ ਆਪ 'ਤੇ ਬੋਂਬੇ ਗਿਆ ਸੀ, ਤਾਂ ਮੈਂ ਉਹਦੇ 'ਤੇ ਇੱਕ ਲਿਖਿਆ ਸੀਗਾ, ਮੈਨੂੰ ਤਾਂ ਧੁੰਦਲਾ ਧੁੰਦਲਾ ਜਿਹਾ ਸ਼ਾਇਦ ਯਾਦ ਹੋਵੇ, ਕਿ 2 ਕਿੱਲਿਆਂ ਦਾ ਘਰ ਛੱਡ ਕੇ ਮੈਂ 2 ਕੋਠੜਿਆਂ ਵਿੱਚ ਸਮਾਇਆ ਹੈ, ਮੈਂ ਅੱਜ ਸੋਚਦਾ ਮੈਂ ਇੱਥੇ ਕੀ ਲੈਣ ਨੂੰ ਆਇਆ, ਹੈ ਨਾ। ਇੱਕ ਫਰਸਟ੍ਰੇਸ਼ਨ ਟਾਈਮ ਹੁੰਦਾ ਤੁਹਾਡਾ, ਅਤੇ ਸੁਣਿਆ ਤੂੰ ਬਿਮਾਰ ਹੈ ਬਾਪੂ, ਹਾਲ ਪੁੱਛਣ ਨੂੰ ਫੋਨ ਮੈਂ ਕਰਤਾ, 2 ਲਫ਼ਜ਼ਾਂ ਵਿੱਚ ਹਾਲ ਤੂੰ ਦੱਸਿਆ, ਫੋਨ ਨੂੰ ਪਾਸੇ ਧਰਤਾ, ਹੈ ਨਾ। ਮੇਰੇ 2 ਪੈਸੇ ਲਵਾਉਣ ਨੂੰ ਤੇਰਾ ਜੀ ਨਹੀਂ ਕੀਤਾ, ਕੀ ਦੱਸਾਂ ਮੈਂ ਤਾਂ ਤੇਰੇ ਲੱਖ ਅੜਾਉਣ ਲੱਗੇ ਵੀ ਸੀ ਨਹੀਂ ਕੀਤਾ, ਅੱਜ ਤੈਨੂੰ ਲੋੜ ਹੈ ਤਾਂ ਮੈਂ ਤੇਰੇ ਕੋਲ ਨਹੀਂ, ਪਰ ਕਿਵੇਂ ਭੁੱਲਾਂ ਪਹਿਲੀ ਪਲਾਂਗ ਪੱਟਣਾ ਮੈਨੂੰ ਤੂੰ ਸਿਖਾਇਆ,
ਮੈਂ ਅੱਜ ਸੋਚਦਾ ਹਾਂ ਬਾਪੂ ਮੈਂ ਇੱਥੇ ਕੀ ਲੈਣ ਨੂੰ ਆਇਆ। ਸੋ ਇੱਕ ਇਹ ਪੋਇਮ ਲਿਖੀ ਸੀ ਮੈਂ ਜੀ। ਤੇ ਇਹਦੇ 'ਚ ਕਿੰਨੀ ਕੁ ਸੱਚਾਈ ਹੈ ਜਿਹੜਾ ਤੁਸੀਂ 2 ਕਿੱਲੇ ਛੱਡ ਕੇ ਗਏ ਸੀ? ਹਾਂ ਸੇਮ ਹੈ ਕਿ ਪਿੰਡ ਦਾ ਨਹੀਂ, ਐਕਚੁਅਲੀ ਪਿੰਡ ਦਾ ਜਿਹੜਾ ਮੇਰਾ ਘਰ ਹੈ ਬਹੁਤ ਵੱਡਾ ਹੈ, ਹੁਣ ਬੰਬੇ ਛੋਟੇ ਜਿਹੇ ਕਮਰੇ 'ਚ ਰਹਿਣਾ ਪੈਂਦਾ ਹੈ ਨਾ, ਤਾਂ ਉਹ ਚੀਜ਼ਾਂ ਹੈਗੀਆਂ ਉਵੇਂ। ਤੇ ਅੱਜ ਤੁਸੀਂ ਕੀ ਸੋਚਦੇ ਹੋ ਤੇ ਬਾਪੂ ਜੀ ਕੀ ਸੋਚਦੇ? ਖੁਸ਼ ਹੈ ਮੇਰੇ ਪਾਪਾ, ਬਹੁਤ ਖੁਸ਼ ਹੈ, ਔਰ ਮੈਨੂੰ ਕਹਿੰਦੇ ਨਹੀਂ ਕਿ ਕਦੇ ਹੈ ਨਾ, ਅਤੇ ਬਟ ਅੰਦਰ ਖਾਤੇ ਖੁਸ਼ ਹੈ ਨਾ, ਸੋ ਸ਼ੋਅ ਨਹੀਂ ਕਰਦੇ। ਪਿੰਡਾਂ ਵਾਲਿਆਂ ਦੀ ਆਦਤ ਹੁੰਦੀ ਹੈ, ਜੋ ਮੈਂ ਪੁੱਛਦਾ ਰਹਿੰਦਾ, ਫਿਲਮਾਂ ਹੁਣ ਉਹ ਦੇਖ ਲੈਂਦੇ ਆ ਮੇਰੀਆਂ, ਅਤੇ ਮੈਂ ਉਹਨਾਂ ਨਾਲ 1-2 ਫਿਲਮਾਂ ਦੇਖੀਆਂ ਬਚਪਨ 'ਚ, ਇੱਕ ਉਹ ਕਰਨ ਅਰਜੁਨ ਦੇਖੀ ਸੀ ਅਸੀਂ ਇਕੱਠੇ, ਇੱਕ ਅੱਧੀ ਹੋਰ ਕੋਈ। ਕਿਹੜੀ ਫਿਲਮ ਉਹਨਾਂ ਨੂੰ ਤੁਹਾਡੀ ਪਸੰਦ ਹੈ? ਉਹਨਾਂ ਨੂੰ ਗੁੱਡੀਆਂ ਪਟੋਲੇ ਪਸੰਦ ਹੈ, ਹਰਜੀਤਾ ਬਹੁਤ ਪਸੰਦ ਹੈ, ਆਹ 2 ਫਿਲਮਾਂ ਜ਼ਿਆਦਾ। ਅਤੇ ਇਸ ਇੰਡਸਟਰੀ ਦੇ ਵਿੱਚ ਨਾ ਕਹਿ ਸਕਦੇ ਹਾਂ ਕਿ ਫੀਮੇਲ ਨੂੰ ਜਲਦੀ ਇੱਕ ਪਹਿਚਾਣ ਮਿਲ ਜਾਂਦੀ ਹੈ, ਹੈ ਨਾ, ਮੇਲ ਇੱਕ ਹੋ ਕੇ ਤੁਸੀਂ, ਤੁਹਾਨੂੰ ਲੱਗਦਾ ਹੈ ਕਿ ਹਾਲੇ ਵੀ ਮੈਨੂੰ ਓਨੀ ਪਹਿਚਾਣ ਨਹੀਂ ਮਿਲ ਪਾਈ ਕਿਉਂਕਿ ਇੱਕ ਫੀਮੇਲ ਅਟਰੈਕਸ਼ਨ ਜ਼ਿਆਦਾ ਹੈ ਅਤੇ ਮੇਲ ਅਟਰੈਕਸ਼ਨ ਘੱਟ ਹੈ? ਹਾਂਜੀ, ਨਹੀਂ ਇਹੋ ਜਿਹਾ ਕੁਛ ਨਹੀਂ ਹੈ ਐਕਚੁਅਲੀ। ਮੈਨੂੰ ਬਚਪਨ ਤੋਂ ਸਿਰਫ ਇਹ ਸੀਗਾ ਕਿ ਮੈਂ ਇਸ ਇੰਡਸਟਰੀ 'ਚ ਕੰਮ ਕਰਾਂ, ਹੈ ਨਾ, ਮੈਨੂੰ ਮੈਂ ਓਨਾ ਹੀ ਸੋਚਿਆ, ਉਦੋਂ ਅੱਗੇ ਦਾ ਨਹੀਂ ਸੋਚਿਆ ਕਿ ਮੈਨੂੰ ਉਹ ਹੈ ਨਹੀਂ ਗਾ ਕਿ ਮੈਂ ਬਹੁਤ ਫੇਮਸ ਹੋਵਾਂ ਜਾਂ ਵੈਸਾ ਨਹੀਂ ਗਾ, ਬਟ ਮੈਨੂੰ ਇਹ ਕਿ ਹਾਂ ਇੰਡਸਟਰੀ ਦੇ ਲੋਕ ਮੈਨੂੰ ਜਾਣਨ, ਮੇਰੇ ਕੰਮ ਨੂੰ ਜਾਣਨ, ਅਤੇ ਮੈਂ ਇੱਥੇ ਹੀ ਕੰਮ ਕਰਾਂ, ਔਰ ਇੱਥੇ ਕੰਮ ਕਰਦਾ ਕਰਦਾ ਹੀ ਮਰ ਜਾ, ਹੈ ਨਾ। ਸੋ ਮੈਂ ਉਸ ਚੀਜ਼ ਲਈ ਖੁਸ਼ ਹਾਂ ਕਿ ਮੈਂ ਇੱਥੇ ਕੰਮ ਕਰ ਰਿਹਾ। ਤੁਹਾਡੀ ਲੰਬੀ ਉਮਰ ਹੋਵੇ ਤਾਂ ਅਸੀਂ ਸੋਹਣੀਆਂ ਸੋਹਣੀਆਂ ਫਿਲਮਾਂ ਦੇਖਣੀਆਂ ਹੈ। ਬਾਕੀ ਹੁਣ ਦੀ ਗੱਲ ਕੀਤੀ ਜਾਏ, ਕਿੰਨਾ ਫਰਕ ਆ ਗਿਆ ਤੁਹਾਡੇ ਆਪਣੇ ਦੇ ਵਿੱਚ, ਤੁਹਾਡੇ ਵਿੱਚ ਕਿੰਨਾ ਫਰਕ ਤੁਸੀਂ ਆਪ ਮਹਿਸੂਸ ਕਰਦੇ ਹੋ ਯਾਰ, ਉਹ ਟਾਈਮ 'ਚ ਜਗਦੀਪ ਸਿੱਧੂ ਕੀ ਸੀ ਅਤੇ ਹੁਣ ਜਗਦੀਪ ਸਿੱਧੂ ਕੀ ਹੈ? ਮੈਂ ਐਕਚੁਅਲੀ ਐਜ਼ ਏ ਪਰਸਨ ਮੈਨੂੰ ਨਹੀਂ ਲੱਗਦਾ ਕਿ ਮੈਂ ਚੇਂਜ ਹੋਇਆ, ਹੈ ਨਾ, ਅਤੇ ਕਿਉਂਕਿ ਮੈਨੂੰ ਬਹੁਤ ਇਹ ਚੀਜ਼ ਮਤਲਬ ਬੜੀ ਫਿਲੋਸਫੀ ਜੀ ਲੱਗੂਗੀ, ਬਟ ਮੈਨੂੰ ਮੇਰੇ ਮਾਇੰਡ 'ਚ ਕਿਤੇ ਨਾ ਕਿਤੇ ਗੱਲ ਬਹੁਤ ਚੰਗੀ ਤਰ੍ਹਾਂ ਸੈੱਟ ਹੈ ਕਿ ਇੱਥੇ ਹਰ ਬੰਦੇ ਨੇ ਹਮੇਸ਼ਾ ਨਹੀਂ ਰਹਿਣਾ, ਹੈ ਨਾ, ਤਾਂ ਤੁਹਾਡੀ ਸਕਸੈਸ ਇੱਕ ਟਾਈਮ ਹੈ, ਦੈਨ ਤੁਹਾਡਾ ਡਾਊਨਫੋਲ ਹੈਗਾ ਹੀ ਹੈਗਾ, ਔਰ ਮੈਂ ਉਹਦੇ ਲਈ ਪ੍ਰਿਪੇਅਰ ਹੈ। ਮੈਨੂੰ ਮਤਲਬ ਕੋਈ ਫਰਕ ਨਹੀਂ ਪਊਗਾ ਕਿ ਕੱਲ੍ਹ ਨੂੰ ਜਦੋਂ ਵੀ ਇਹ ਟਾਈਮ ਖਤਮ ਹੋਣਾ ਹੈ, ਹਰ ਬੰਦੇ ਦਾ ਹੁੰਦਾ। ਸੋ ਮੈਂ ਅੱਜ ਵੀ ਉਹੋ ਜਿਹੀਆਂ ਜਿਹੋ ਜਿਹਾ ਪਹਿਲਾਂ ਸੀਗਾ, ਬਟ ਹਾਂ ਕਈ ਚੀਜ਼ਾਂ ਹੈਗੀਆਂ ਕਿ ਹੁਣ ਤੁਸੀਂ ਉਹਨੇ ਫੋਨ ਕਾਲਸ ਦਾ ਰਿਪਲਾਈ ਕਰ ਹੀ ਨਹੀਂ ਸਕਦੇ, ਹੈ ਨਾ, ਹੁਣ ਇੰਨੇ ਮੁੰਡੇ ਹੁਣ ਫੋਨ ਕਰਦੇ ਆ ਵੀ ਸਰ ਅਸਿਸਟ ਅਸਿਸਟ, ਤੁਸੀਂ ਨਹੀਂ ਰਿਪਲਾਈ ਕਰ ਸਕਦੇ, ਤੁਸੀਂ ਵਟਸਐਪ 'ਤੇ ਨਹੀਂ ਰਿਪਲਾਈ, ਅੱਜ ਹਰ ਬੰਦਾ ਫੋਨ ਨੰਬਰ ਤੁਹਾਡਾ ਈਜ਼ੀਲੀ ਲੈ ਲੈਂਦਾ, ਬਟ ਤੁਸੀਂ ਚਾਹ ਕੇ ਵੀ ਨਹੀਂ ਰਿਪਲਾਈ ਕਰ ਸਕਦੇ, ਤਾਂ ਮਾਈਟ ਵੀ ਕਿਤੇ ਨਾ ਕਿਤੇ ਲੱਗਦਾ ਹੋਣਾ ਰੂਡ ਹੈ, ਹੈ ਨਾ। ਮੈਨੂੰ ਵੀ ਲੱਗਦਾ ਹੁੰਦਾ ਜਦੋਂ ਮੈਂ ਲੋਕਾਂ ਨੂੰ ਮੈਸੇਜ ਕਰਦਾ ਸੀ ਨਹੀਂ ਰਿਪਲਾਈ ਕਰਦੇ, ਬਟ ਉਹ ਪਾਰਟ ਹੈ, ਉਹ ਤੁਹਾਨੂੰ ਸਹਿਣਾ ਹੀ ਪਊਗਾ, ਮਤਲਬ ਤੁਸੀਂ ਕੁਛ ਕਰ ਨਹੀਂ ਸਕਦੇ ਉਹਦਾ। ਅਤੇ ਪਿੱਛੇ ਜਾਣ ਤੋਂ ਤੁਹਾਨੂੰ ਡਰ ਨਹੀਂ ਲੱਗਦਾ? ਜੇ ਗੱਲ ਕਰੀਏ ਅੱਜ ਤੋਂ 10 ਸਾਲ ਬਾਅਦ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ? ਮੈਂ ਬਸ ਫਿਲਮਾਂ ਕਰਦਾ ਹਾਂ, ਇੱਥੇ ਹੀ ਹੋਵਾਂ, ਆਹ ਫਿਲਮਾਂ ਚੱਲਦੀਆਂ ਹੋਣ ਅਤੇ ਫਿਲਮਾਂ ਕਰਦਾ ਹਾਂ, ਚਾਹੇ ਇੱਥੇ ਕਰਾਂ ਚਾਹੇ ਬਾਲੀਵੁੱਡ 'ਚ ਕਰਾਂ, ਬਟ ਐਸਾ ਚਾਹੇ ਕੁਛ ਉਹ ਨਹੀਂ ਗਾ ਕਿ ਮੇਰਾ ਲੈਵਲ ਅਪ ਹੋ ਜਾਵੇ ਜਾਂ ਇਹ ਨਹੀਂ ਗਾ, ਤਾਂ ਨਾ ਮਨੀ ਵਾਈਜ਼ ਹੈ, ਬਟ ਕੰਮ ਕਰਦਾ ਹਾਂ ਔਰ ਇਸ ਇੰਡਸਟਰੀ 'ਚ ਕੰਮ ਕਰਦਾ ਹਾਂ, ਬਸ ਨਹੀਂ। ਤੁਹਾਡੇ ਤੋਂ ਬਹੁਤ ਉਮੀਦਾਂ ਹੈ, ਅਸੀਂ ਵੀ ਉਮੀਦ ਕਰਦੇ ਹਾਂ ਸਾਰੀਆਂ ਪੂਰੀਆਂ ਹੋਣ। ਅਤੇ ਜਾਂਦੇ ਜਾਂਦੇ ਇੱਕ ਲਾਸਟ ਸਵਾਲ ਕਿ ਹਰ ਫਲੇਵਰ ਦੀ ਫਿਲਮ ਤੁਸੀਂ ਕਰ ਚੁੱਕੇ ਹੋ, ਕਿਸਮਤ ਦੀ ਗੱਲ ਕਰੀਏ ਇਮੋਸ਼ਨਲ ਹੈ, ਨਿੱਕਾ ਦੀ ਗੱਲ ਕਰੀਏ ਜਿਹੜੀ ਲਿਖੀ ਉਹਦੇ ਵਿੱਚ ਕਾਮੇਡੀ ਹੈ, ਛੜਾ ਤੁਸੀਂ ਕਹਿ ਰਹੇ ਹੋ ਇੱਕ ਬਿਲਕੁਲ ਵੱਖ ਹੈ, ਗੁੱਡੀਆਂ ਪਟੋਲੇ ਇੱਕ ਰਿਲੇਸ਼ਨ ਵਾਲੀ ਸਟੋਰੀ ਸੀਗੀ, ਹਰਜੀਤਾ ਰੀਅਲ ਲਾਈਫ ਸਟੋਰੀ ਹੈ ਨਾ, ਇਹ ਸਾਰੇ ਫਲੇਵਰਸ 'ਚੋਂ ਹੁਣ ਅੱਗੇ ਤੁਸੀਂ ਕੀ ਡਿਲੀਵਰ ਕਰਨ ਵਾਲੇ ਹੋ? ਕਿਹੜਾ ਫਲੇਵਰ ਜ਼ਿਆਦਾ ਦੇਖਣ ਨੂੰ ਮਿਲੇਗਾ ਜਾਂ ਕਿਹੜਾ ਨਵਾਂ ਫਲੇਵਰ ਬਾਲੀਵੁੱਡ ਨੂੰ ਦੇਖਣ ਨੂੰ ਮਿਲੇਗਾ ਤੁਹਾਡੀਆਂ ਫਿਲਮਾਂ ਰਾਹੀਂ? ਹੁਣ ਜਿਹੜੀਆਂ ਮੇਰੀਆਂ ਅੱਗੇ ਆਉਣ ਵਾਲੀਆਂ ਫਿਲਮਾਂ ਉਹਨਾਂ 'ਚ ਮੈਨੂੰ ਐਂ ਲੱਗਦਾ ਕਿ ਸੁਫਨਾ ਇੱਕ ਥੋੜ੍ਹੀ ਡਿਫਰੈਂਟ ਸਟਾਈਲ ਦੀ ਫਿਲਮ ਹੈ, ਹੋਊਗੀ ਮਾਈਟ ਵੀ, ਅਜੇ ਮੈਂ ਰਾਈਟਿੰਗ ਦੇ ਕੰਮ ਚੱਲ ਰਿਹਾ, ਬਟ ਮੈਂ ਕੋਸ਼ਿਸ਼ ਕਰ, ਉਹ ਫਿਲਮ ਹੈ ਜਿਹਦੇ 'ਚ ਮੈਂ ਕੋਸ਼ਿਸ਼ ਕਰ ਰਿਹਾ ਕੁਛ ਅੱਡ ਡਿਲੀਵਰ ਕਰਨ ਦਾ, ਹੈ ਨਾ। ਦੈਨ ਨਿੱਕਾ ਹੈ, ਉਹ ਤਾਂ ਸੇਮ ਨਿੱਕੇ ਦੀ ਲੈਗੇਸੀ ਅੱਗੇ ਵਧੀਆ, ਹੈ ਨਾ। ਛੜਾ ਹੈਗੀ, ਛੜਾ ਵੀ, ਛੜਾ ਥੋੜ੍ਹੀ ਜਿਹੀ ਮੇਰੀ ਕੋਸ਼ਿਸ਼ ਹੈ ਕਿ ਜੋ ਮੈਂ ਕੀਤਾ ਜਾਂ ਜੋ ਦਲਜੀਤ ਬਾਈ ਨੇ ਕੀਤਾ ਉਹਦਾ ਮਿਕਸ ਹੈ, ਕਿ ਉਹ ਨਾ ਜੱਟ ਐਂਡ ਜੂਲੀਅਟ ਲੱਗੇ ਨਾ ਉਹ ਨਿੱਕਾ ਲੱਗੇ, ਹੈ ਨਾ, ਤਾਂ ਅਸੀਂ ਬਲੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਛੜਾ ਲੱਗੇਗਾ, ਉਹ ਕੁਛ ਡਿਫਰੈਂਟ ਲੱਗੇਗਾ, ਹੈ ਨਾ, ਤਾਂ ਇੱਕ ਉਹ ਹੈ। ਅਤੇ ਸੁਰਖੀ ਬਿੰਦੀ ਅਗੇਨ ਮੇਰੀ ਸਟੋਰੀ ਨੀਗੀ, ਔਰ ਮੇਰਾ ਫਰੈਂਡ ਆ ਰੁਪਿੰਦਰ, ਅਤੇ ਉਹ ਮੈਨੂੰ ਬਹੁਤ ਪਰਸਨਲੀ ਬਹੁਤ ਪਸੰਦ ਹੈ, ਅਤੇ ਉਹ ਗੁੱਡੀਆਂ ਪਟੋਲੇ ਦਾ ਥੋੜ੍ਹਾ ਜਿਹਾ ਅੱਡ ਮਤਲਬ ਅਪਰ ਵਰਜ਼ਨ ਕਹਿ ਸਕਦੇ ਹੋ ਤੁਸੀਂ, ਅਗੇਨ ਥੋੜ੍ਹੀ ਜਿਹੀ ਕੁੜੀਆਂ ਦੀ ਗੱਲ ਹੈ ਉਹਦੇ 'ਚ। ਸੋ
ਆਉਣ ਵਾਲੇ ਪ੍ਰੋਜੈਕਟ ਹੈ ਜੀ। ਬਿਲਕੁਲ ਜੀ, ਤੁਸੀਂ ਆਪਣੀ ਮਿਹਨਤ ਦੇ ਨਾਲ ਇੰਡਸਟਰੀ ਨੂੰ ਵੀ ਅੱਗੇ ਲੈ ਕੇ ਜਾ ਰਹੇ ਹੋ, ਬਹੁਤ ਵਧੀਆ ਗੱਲ ਹੈ। ਆਲ ਦ ਵੈਰੀ ਬੈਸਟ ਟੂ ਯੂ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਉਮੀਦ ਕਰਦੇ ਹਾਂ ਜਲਦੀ ਜਲਦੀ ਮਿਲਦੇ ਰਹੋ ਤੇ ਸੋਹਣੀਆਂ ਫਿਲਮਾਂ ਦਿੰਦੇ ਰਹੋ। ਬਿਲਕੁਲ ਜੀ, ਤੇ ਇਹਨਾਂ ਦੀਆਂ ਗੱਲਾਂ ਤੁਸੀਂ ਸੁਣ ਲਈਆਂ, ਇਹਨਾਂ ਦੀਆਂ ਗੱਲਾਂ ਤੋਂ ਤੁਹਾਨੂੰ ਕੀ ਸਮਝ ਆਈ, ਕੀ ਤੁਹਾਨੂੰ ਇਹ ਤੋਂ ਉਮੀਦਾਂ ਨੇ, ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਅਸੀਂ ਤੁਹਾਨੂੰ ਮਿਲਾਂਗੇ ਅਗਲੀ ਵਾਰੀ। ਸਤਿ ਸ੍ਰੀ ਅਕਾਲ।